ਹੈਲੋ ਦੋਸਤੋ ਤੁਹਾਡਾ ਸਾਡੇ ਚੈਨਲ 'ਚ ਬਹੁਤ-ਬਹੁਤ ਸਵਾਗਤ ਹੈ ਸਾਡੇ ਨਾਲ ਜੁੜੇ ਰਹਿਣ ਲਈ ਬਨੇ ਰਹਿਣ ਲਈ ਤੁਹਾਡਾ ਧੰਨਵਾਦ ਅੱਜ ਦੀ ਨਸ ਤੋਂ ਨਵੀਂ ਨੋਟੀਫਿਕੇਸ਼ਨ ਦਿਨੇ ਆ ਪਾਉਆਂ ਕੇ ਸਿਰਜਲਟ ਨੂੰ ਲੈ ਕੇ ਹੋਵੇ ਟੀਚਰ ਬੇਸ ਕੁ ਨਿਊਜ਼ ਹੋਵੇ ਜਾਂ ਫਿਰ ਕੋਈ ਨਵੀਂ ਗੌਰਵਨ ਜੌਬ ਦੀ ਨਿਊਜ਼ ਹੋਵੇ ਜਿਹੜੀ ਆਪਣੀ ਪੀਐਸਟੈਟ ਦੇ ਨੋਟਸ ਦੀ ਜਿਹੜੀ ਸੀਰੀਜ਼ ਚੱਲ ਰਹੀ ਹੈ ਉਹਨੂੰ ਆਪਾਂ ਅੱਗੇ ਵਧਾ ਰਹੇ ਹਾਂ ਤੇ ਇਹ ਜਿਹੜੀ ਕੁਐਸਚਨ ਹੈ ਇਹ ਬਾਲ ਵਿਕਾਸ ਦੇ ਹੈ ਇਹ ਕੁਐਸਚਨ ਜਿਹੜੇ 21 ਤੋਂ ਸ਼ੁਰੂ ਹੈ ਜਿਹੜੇ ਪਹਿਲੇ 20 ਕੁਐਸਚਨ ਸੀ ਉਹ ਸੀ ਤੁਹਾਨੂੰ ਪਿਛਲੀ ਵੀਡੀਓ ਜਿਹੜੀ ਬਾਲ ਵਿਕਾਸ ਦੀ ਦਿੱਤੀ ਸੀ ਉਹਦੇ ਵਿੱਚ ਦਿੱਤੇ ਆ ਤੁਸੀਂ ਉਹ ਵੀਡੀਓ ਜਿਨ੍ਹਾਂ ਨੇ ਨਹੀਂ ਦੇਖੀ ਨਵੇਂ ਕੈਂਡੀਡੇਟ ਐ ਉਹ ਤੁਸੀਂ ਪਹਿਲਾਂ ਉਹ ਵੀਡੀਓ ਦੇਖੋ ਪਹਿਲੇ 20 ਕੁਐਸਚਨ ਫਿਰ ਇਹ 21 ਤੋਂ ਸ਼ੁਰੂ ਹੈ ਉਹਦੋਂ ਅੱਗੇ ਆ ਇਹ ਕੁਐਸਚਨ 21 ਤੋਂ ਜਿਹੜੇ ਸ਼ੁਰੂ ਹੈ ਪਹਿਲੇ 20 ਜਿਹੜੇ ਉਹ ਪਿਛਲੀ ਵੀਡੀਓ ਦੇ ਵਿੱਚ ਅਸੀਂ ਦੇਤੇ ਸ਼ੁਰੂ ਕਰਦੇ ਆਪਾਂ 21 ਤੋਂ ਕਿ ਹੇਠ ਲਿਖਿਆ ਵਿੱਚੋਂ ਅਧਿਆਪਕ ਦੀ ਕਿਹੜੀ ਵਿਸ਼ੇਸ਼ਤਾ ਕਲਾਸਰੂਮ ਦਾ ਅਨੁਸ਼ਾਸਨ ਬਣਾਉਣ ਵਿੱਚ ਯੋਗਦਾਨ ਦਿੰਦੀ ਹੈ ਇਹਦੇ ਵਿੱਚ ਪੁੱਛਿਆ ਕਿ ਵਿਆਪਕ ਦੀ ਕਿਹੜੀ ਵਿਸ਼ੇਸ਼ਤਾ ਹੈ ਜਿਹੜੀ ਕਲਾਸਰੂਮ ਦਾ ਜਿਹੜਾ ਅਨੁਸ਼ਾਸਨ ਹੈ ਉਹ ਬਣਾਉਣ ਵਿੱਚ ਯੋਗਦਾਨ ਦਿੰਦੀ ਹੈ ਤਾਂ ਇਹ ਹੈ ਪ੍ਰਭਾਵਸ਼ਾਲੀ ਸਿੱਖਿਆ ਇਹਦੀ ਆਪਸ਼ਨ 3 ਜਿਹੜੀ ਇਹਦੀ ਸਹੀ ਆਪਸ਼ਨ ਹੈ ਪ੍ਰਭਾਵਸ਼ਾਲੀ ਸਿੱਖਿਆ ਤੇ ਅਗਲਾ ਕੁਐਸਚਨ ਹੈ ਕਿ ਲੋਕਾਂ ਦੀ ਰੁਚੀ ਅਧਿਆਪਨ ਪ੍ਰਤੀ ਵਧੇਰੇ ਕਿਉਂ ਹੋ ਰਹੀ ਹੈ ਤੁਸੀਂ ਦੇਖ ਹੀ ਰਹੇ ਹੋ ਕਿ ਦਿਨੋ ਦਿਨ ਜਿਹੜੇ ਟੀਚਰਾਂ ਦੀ ਤਦਾਦ ਹੈ ਉਹ ਵੱਧਦੀ ਜਾ ਰਹੀ ਹੈ ਕਿ ਲੋਕਾਂ ਦੀ ਰੁਚੀ ਅਧਿਆਪਨ ਪ੍ਰਤੀ ਮਤਲਬ ਜਿਹੜਾ ਟੀਚਰ ਬਹੁਤ ਸਾਰੇ ਇਹੋ ਜਿਹੇ ਜਿਹੜੇ ਲੋਕ ਹੁੰਦੇ ਆ ਜਿਹੜੇ ਕਹਿੰਦੇ ਅਸੀਂ ਟੀਚਰ ਬੰਨਾ ਹੈ ਇਸ ਕੁਸਚਨ ਦੇ ਵਿੱਚ ਇਹ ਪੁੱਛਿਆ ਗਿਆ ਕਿ ਪ੍ਰਤੀ ਦਿਨ ਵਧੇਰੇ ਕਿਉਂ ਹੋ ਰਹੀ ਹੈ ਕਿਉਂਕਿ ਇੰਦੀ ਆਪਸ਼ਨ ਨੰਬਰ 3 ਵੇਖੋ ਅਧਿਆਪਨ ਅਧਿਆਪਨ ਨੂੰ ਇੱਕ ਕਿੱਤੇ ਵਜੋਂ ਅਪਣਾਉਣਾ ਕਾਰਨ ਇੰਦੀ ਆਪਸ਼ਨ ਨੰਬਰ 3 கரੈਕਟ ਹੈ ਕਿ ਅਧਿਆਪਨ ਨੂੰ ਜਿਹੜਾ ਇੱਕ ਕਿਤਾ ਬੰਦਾ ਜਾ ਰਿਹਾ ਹੈ ਉਹਦੇ ਵਜੋਂ ਜਿਹੜੀ ਰੁਚੀ ਹੈ ਜ਼ਿਆਦਾ ਪੈਦਾ ਹੋ ਰਹੀ ਹੈ ਲੋਕਾਂ 'ਚ ਅਗੋ ਕੁਐਸਚਨ ਨੰਬਰ 23 ਕਿ ਸੋਚਨ ਪ੍ਰਕਿਰਿਆ ਵਿੱਚ ਨਵੇਂ ਵਿਚਾਰ ਅਤੇ ਸੰਕਲਪ ਦਾ ਉਤਪਾਦਨ ਹੁੰਦਾ ਹੈ ਸਥਾਈ ਅਤੇ ਲਾਭਦਾਇਕ टर्म ਹੈ ਇਹ ਕੀ ਹੈ ਇਹ ਹੈ ਆਪਸ਼ਨ ਨੰਬਰ 1 ਰਚਨਾਤਮਕ ਇਹਦੀ ਜਿਹੜੀ ਕਰੈਕਟ ਆਪਸ਼ਨ ਆ ਉਹ ਹੈ ਰਚਨਾਤਮਕ 24 ਨੰਬਰ ਕੁਸਚਨ ਹੈ ਕਿ ਹੇਠ ਲਿਖਿਆ ਵਿੱਚੋਂ ਕਿਸ ਨੂੰ ਪ੍ਰਾਇਮਰੀ ਪੱਧਰ ਉੱਪਰ ਅਧਿਆਪਕ ਦੀ ਮਹੱਤਵਪੂਰਨ ਗੁਣਵਤਾ ਕਿਹਾ ਜਾ ਸਕਦਾ ਹੈ ਹੋਇਆ ਕਿ ਸਹਿਨਸ਼ੀਲਤਾ ਤੇ ਅੰਤਖ ਯਤਨ ਜਿਹੜੇ ਆਪਾਂ ਕਰਦੇ ਹਾਂ ਸਹਿਨਸ਼ੀਲਤਾ ਤੇ ਅੰਤਖ ਯਤਨ ਉਹਨੂੰ ਕੀ ਕਿਹਾ ਜਾਂਦਾ ਹੈ ਕਿ ਪ੍ਰਾਇਮਰੀ ਪੱਧਰ ਉੱਪਰ ਜਿਹੜਾ ਅਧਿਆਪਕ ਦੀ ਮਹੱਤਵਪੂਰਨ ਗੁਣਵਤਾ ਤੁਸੀਂ ਉਹਦੇ ਵੀ ਮੈਂ ਤੁਹਾਨੂੰ ਦੱਸਿਆ ਸੀ ਕਿ ਤੁਸੀਂ ਆਈ ਨੋਟਸ ਜਿਹੜੇ ਬਣਾਉਂਦੇ ਜਾਓ ਜਾਂ ਵੀਡੀਓ ਨੂੰ ਸੇਵ ਕਰਕੇ ਰੱਖੋ ਜਦੋਂ ਤੁਸੀਂ ਇੱਕ ਵਾਰੀ ਇਹਨਾਂ ਦੀ ਰਿਵੀਜ਼ਨ ਕੀਤੀ ਤਾਂ ਤੁਸੀਂ ਇਹ ਵੀਡੀਓ ਨੂੰ ਫੇਰ ਦੇਖਿਓ ਸੇਵ ਕਰਕੇ ਰੱਖੋ ਤੁਸੀਂ ਡਾਊਨਲੋਡ ਕਰਕੇ ਕਿਉਂਕਿ ਫਿਰ ਵੀਡੀਓ ਜ਼ਿਆਦਾ ਹੋ ਜਾਂਦੀ ਹੈ ਫਿਰ ਇਹ ਲੱਭਦੀਆਂ ਨਹੀਂ ਵੀਡੀਓ ਬਾਅਦ ਦੇ ਵਿੱਚ ਆਪਾਂ ਨੂੰ ਕਿ ਆਪਾਂ ਕਿੱਥੇ ਵੀਡੀਓ ਦਾ ਕਿਹੜਾ ਪਾਰਟ ਆਪਾਂ ਕੀਤਾ ਤੇ ਕਿਹੜਾ ਆਪਣਾ ਰਹਿ ਗਿਆ ਤੁਸੀਂ ਜਾਂ ਇਹਨੂੰ ਡਾਊਨਲੋਡ ਕਰਕੇ ਰੱਖੋ ਜਾਂ ਤੁਸੀਂ ਫਿਰ ਨੋਟਸ ਜਿਹੜੇ ਆਪਦੀ ਕਾਪੀ ਉੱਤੇ ਬਣਾਉਂਦੇ ਜਾਓ ਨਾਲ-ਨਾਲ ਨੈਕਸਟ ਕੁਐਸਚਨ ਹੈ 25 ਕਿ ਹੇਠ ਲਿਖਿਆਂ ਵਿੱਚੋਂ ਕਿਹੜੇ ਪ੍ਰਾਇਮਰੀ ਉਦੇਸ਼ ਹਨ ਪ੍ਰਾਇਮਰੀ ਉਦੇਸ਼ ਕਿਹੜੇ ਆ ਦੇਖੋ ਕਿ ਸਰੀਰਿਕ ਉਦੇਸ਼ ਸਮਾਜੀਕ ਉਦੇਸ਼ ਮਨੋਵਿਗਿਆਨਿਕ ਉਦੇਸ਼ ਤੇ ਸਿੱਖਿਆ ਕੋ ਉਦੇਸ਼ ਇਹਦਾ ਜਿਹੜਾ ਪਹਿਲਾ ਆਪਸ਼ਨ ਹੈ ਸਰੀਰਿਕ ਉਦੇਸ਼ ਉਹ ਇੰਦੀ ਕਰੈਕਟ ਆਪਸ਼ਨ ਹੈ ਕਿ ਪ੍ਰਾਇਮਰੀ ਉਦੇਸ਼ ਆ ਸਭ ਤੋਂ ਪਹਿਲਾ ਅਗਲਾ 26 ਜਿਹੜਾ ਮੋਡਲੀ ਸਿੱਖਿਆ ਪ੍ਰਣਾਲੀ ਦਾ ਉਦੇਸ਼ ਕੀ ਹੈ ਮੋਡਲੀ ਸਿੱਖਿਆ ਪ੍ਰਣਾਲੀ ਹੈ ਜਿਹੜੀ ਉਹਦਾ ਦੇਸ਼ ਕੀ ਹੈ ਕਿ ਵਿਅਕਤੀ ਦੀਆਂ ਮੋਡਲੀਆਂ ਲੋੜਾਂ ਨੂੰ ਸਿੱਖਿਆ ਦੁਆਰਾ ਪੂਰਾ ਕਰਨਾ ਇਹ ਮੋਡਲੀ ਸਿੱਖਿਆ ਪ੍ਰਣਾਲੀ ਦਾ ਜਿਹੜਾ ਉਦੇਸ਼ ਹੈ ਅਗਵਾ ਕਵੈਸਚਨ ਨੰਬਰ 27 ਸਕੂਲ ਸੰਬੰਧਿਤ ਹੋ ਸਕਦਾ ਹੈ ਡੈਸ਼ ਏਜੰਸੀ ਸਮਾਜ ਨਾਲ ਜ ਜੇ ਸਕੂਲ ਕਿਹਨਾਂ ਨਾਲ ਸੰਬੰਧਿਤ ਹੋ ਸਕਦਾ ਹੈ ਡੈਸ਼ ਏਜੰਸੀ ਸਮਾਜ ਨਾਲ ઓਰ ਸੈਕੰਡਰੀ ਏਜੰਸੀ ਜੇਕਰ ਕੋਈ ਵਿਦਿਆਰਥੀ ਤੁਹਾਡੀ ਕਲਾਸ ਵਿੱਚ ਕਰਦਾ ਕੰਮ ਪੂਰਾ ਨਹੀਂ ਕਰਕੇ ਆਉਂਦਾ ਤਾਂ ਤੁਸੀਂ ਉਸ ਨੂੰ ਕੀ ਕਹੋਗੇ ਤਾਂ ਤੁਸੀਂ ਇਸ ਨੂੰ ਕਿਉਂ ਪੂਰਾ ਨਹੀਂ ਕੀਤਾ অপশন ਨੰਬਰ 3 ਜਿਹੜੀਆਂ ਦੀ கரੈਕਟ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਇਹ ਪੁੱਛੋਗੇ ਕਿ ਤੁਸੀਂ ਇਸ ਕੰਮ ਨੂੰ ਜਿਹੜਾ ਪੂਰਾ ਕਿਉਂ ਨਹੀਂ ਕੀਤਾ ਜੇ ਕੋਈ ਵਿਦਿਆਰਥੀ ਤੁਹਾਡੀ ਕਲਾਸ ਦੇ ਵਿੱਚ ਜਿਹੜਾ ਕੰਮ ਕਰਕੇ ਨਹੀਂ ਆਉਂਦਾ ਕੁਐਸਚਨ ਨੰਬਰ 29 ਕਿ ਕਿਆ ਜਾਂਦਾ ਹੈ ਕਿ ਵਿਆਪਕ ਸਰੋਤ ਭਰਪੂਰ ਹੋਣਾ ਚਾਹੀਦਾ ਹੈ ਇਸ ਦਾ ਅਰਥ ਕੀ ਹੈ ਇਹਦਾ ਅਰਥ ਹੈ ਕਿ ਉਸ ਕੋਲ ਗਿਆਨ ਦਾ ਭੰਡਾਰ ਹੋਣਾ ਚਾਹੀਦਾ ਹੈ ਤਾਂ ਜੋ ਉਹ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਹੱਲ ਕਰ ਸਕੇ ਸਰੋਤ ਪਰਪੂਰੋ ਹੀ ਹੁੰਦਾ ਕਿਉਂਦੇ ਕੋਲ ਬਹੁਤ ਜ਼ਿਆਦਾ ਗਿਆਨ ਹੁੰਦਾ ਹੈ ਤੇ 30 ਨੰਬਰ ਕੁਐਸਚਨ ਹੈ ਲਾਸਟ ਕੁਐਸਚਨ ਹੈ ਇਸ ਵੀਡੀਓ ਦਾ ਕਿ ਉਮਰ ਦੇ ਕਿਸ ਪੜਾਅ ਤੇ ਵਿਦਿਆਰਥੀ ਤਰਕਪੂਰਨ ਸੋਚਣਾ ਸ਼ੁਰੂ ਕਰਦਾ ਹੈ ਉਹ ਹੈ ਕੰਕਰੀਟ ਆਪਰੇਸ਼ਨਸ ਸਟੇਜ ਜਿਹੜਾ ਕੰਕਰੀਟ ਆਪਰੇਸ਼ਨਲ ਸਟੇਜ ਇਸ ਸਟੇਜ ਤੇ ਆ ਕੇ ਵਿਦਿਆਰਥੀ ਜਿਹੜਾ ਤਰਕਪੂਰਨ ਸੋਚਣਾ ਸ਼ੁਰੂ ਕਰ ਦਿੰਦਾ ਉਹ ਤਰਕ ਲੱਭਣਾ ਸ਼ੁਰੂ ਕਰ ਦਿੰਦਾ ਕਿ ਇਹ ਚੀਜ਼ ਹੋਈ ਤਾਂ ਹੋਈ ਕਿਵੇਂ ਤੇ ਬਨੇ ਰਹੋ ਤੁਸੀਂ ਸਾਡੇ ਨਾਲ ਹੋਰ ਵੀ ਨਿਊਜ਼ ਦੇਵਾਂਗੇ ਤੇ ਜਿਹੜੇ ਪੀਐਸ ਟੈਟ ਦੇ ਨੋਟਸ ਵੀ ਹੋਰ ਦੇਵਾਂਗੇ ਕੱਲ ਵੀ ਜਿਹੜੀ ਅਸੀਂ ਈਟੀਟੀ ਬੀਐਡ ਟੀਚਰਸ ਜਿਹੜੇ ਉਹਨਾਂ ਦਾ ਧਰਨਾ ਲੱਗਣਾ ਉਹਨੂੰ ਕੱਲ ਰਾਤ ਨੂੰ ਜਿਹੜੀ ਨਿਊਜ਼ ਦਿੱਤੀ ਹੋਰ ਵੀ ਨਿਊਜ਼ ਸਾਡੇ ਤੱਕ ਆਇਓ ਵੀ ਦੇਵਾਂਗੇ ਤੇ ਬਨੇ ਰਹੋ ਤੁਸੀਂ ਸਾਡੇ ਨਾਲ ਸ਼ੇਅਰ ਜਰੂਰ ਕਰੋ ਲਾਈਕ ਕਰੋ ਕਮੈਂਟ ਵੀ ਕਰਕੇ ਦੱਸਿਆ ਕਰੋ ਕਿ ਤੁਹਾਨੂੰ ਵੀਡੀਓ ਕਿੱਜੀ ਲੱਗੀ ਬਨੇ ਰਹੋ ਤੁਸੀਂ ਸਾਡੇ ਨਾਲ ਧੰਨਵਾਦ